ਭਾਰਤ ਫਿਲਮ ਉਤਸਵ ਦੀ ਸ਼ੁਰੂਆਤ ਗੁਰਦਾਸਪੁਰ ਦੇ ਬਟਾਲਾ ਵਿੱਚ ਕੀਤੀ ਗਈ। ਇਹ ਫਿਲਮ ਉਤਸਵ 11 ਤੋਂ 14 ਦਸੰਬਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹਾ ਸਤਰ ਤੇ ਆਰਡੀ ਖੋਸਲਾ ਸਕੂਲ ਆਡੀਟੋਰੀਅਮ ਵਿੱਚ ਚੱਲੇਗਾ। ਇਸ ਫੈਸਟੀਵਲ 'ਚ ਸਟੂਡੈਂਟਸ ਅਤੇ ਨੌਜਵਾਨਾਂ ਨੂੰ ਦੇਸ਼ ਭਗਤਾਂ ਦੇ ਜੀਵਨ 'ਤੇ ਆਧਾਰਿਤ ਫਿਲਮਾਂ ਦਿਖਾਈਆਂ ਜਾਣਗੀਆਂ। ਇਸ ਫਿਲਮ ਫੈਸਟੀਵਲ ਦੇਖਣ ਆਏ ਸਟੂਡੈਂਟਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਹ ਐਕਸ਼ਨ ਮੂਵੀ ਹੀ ਦੇਖਦੇ ਸਨ, ਪਰ ਇੱਥੇ ਆ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਦੇਸ਼ ਨੂੰ ਆਜ਼ਾਦੀ ਦਿਲਵਾਉਣ ਵਾਲੇ ਪਰਵਾਨਿਆਂ ਨੇ ਕਿੰਨੇ ਦੁੱਖ ਭਰੇ ਅਤੇ ਕਾਂਟੇ ਭਰੇ ਰਸਤਿਆਂ 'ਤੇ ਚੱਲ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਅਤੇ ਅੱਜ ਦੇ ਨੌਜਵਾਨਾਂ ਨੂੰ ਐਸੇ ਦੇਸ਼ ਭਗਤਾਂ ਦੇ ਜੀਵਨ ਤੋਂ ਕੁਝ ਸੇਧ ਲੈਣੀ ਚਾਹੀਦੀ ਹੈ। ਭਾਰਤ ਸਰਕਾਰ ਵੱਲੋਂ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੇ ਤਹਿਤ ਇਹ ਫਿਲਮ ਫੈਸਟੀਵਲ ਕਰਾਇਆ ਜਾ ਰਿਹਾ ਜੀ, ਜਿਹੜੀ ਭਾਰਤ ਦੇ 70 ਸਾਲ ਆਜ਼ਾਦੀ ਦੇ ਪੂਰੇ ਹੋ ਗਏ ਉਹਦੇ ਉਪਲਕਸ਼ ਦੇ ਵਿੱਚ। ਇਹਦਾ ਜਿਹੜਾ ਮੁੱਖ ਥੀਮ ਹੈ ਫੈਸਟੀਵਲ ਦਾ ਉਹ ਹੈ 70 ਸਾਲ ਆਜ਼ਾਦੀ, ਯਾਦ ਕਰੋ ਕੁਰਬਾਨੀ, ਏਕ ਭਾਰਤ ਸ਼੍ਰੇਸ਼ਠ ਭਾਰਤ, ਤਾਂ ਕਿ ਸਾਰੇ ਮੁਲਕ ਨੂੰ ਇੱਕ ਲੜੀ 'ਚ ਅਸੀਂ ਸਮਝੀਏ ਅਤੇ ਅਸੀਂ ਜਿਹੜੇ ਯੋਧੇ ਰਹੇ ਨੇ ਸੁਤੰਤਰਤਾ ਸੰਗਰਾਮ ਦੇ, ਉਹਨਾਂ ਸਾਰਿਆਂ ਦੀ ਜਿਹੜੀ ਕੁਰਬਾਨੀਆਂ ਨੇ ਉਹਨਾਂ ਨੂੰ ਭੁੱਲੀਏ ਨਾ, ਅਤੇ ਸਾਡਾ ਆਪਣੇ ਮੁਲਕ ਦੇ ਪ੍ਰਤੀ, ਦੇਸ਼ ਦੇ ਪ੍ਰਤੀ ਜਿਹੜਾ ਹੈਗਾ ਪਿਆਰ ਉਹ ਹੋਰ ਵੀ ਵਧੇ। ਉਹਦੇ ਉਪਲਕਸ਼ 'ਚ ਅਸੀਂ ਇੱਥੇ ਬਟਾਲਾ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ 'ਚ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ਾਂ ਅਨੁਸਾਰ ਇਹ ਫੈਸਟੀਵਲ ਦਾ ਵੈਨਿਊ ਆਰ ਡੀ ਖੋਸਲਾ ਡੀ ਏ ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿੱਚ ਇਹ ਫੰਕਸ਼ਨ ਕਰਾ ਰਹੇ ਹਾਂ। ਇਹਦੇ ਵਿੱਚ ਸਾਡੇ ਵੱਲੋਂ ਦੀ ਖੁੱਲ੍ਹਾ ਸੱਦਾ ਹੈ ਸਾਰਿਆਂ ਨੂੰ ਜਿਹੜੇ ਵੀ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਨੇ, ਚਾਹੇ ਉਹ ਬੱਚੇ ਨੇ, ਚਾਹੇ ਉਹ ਨੌਜਵਾਨ ਵਰਗ ਹੈ, ਚਾਹੇ ਉਹ ਬਜ਼ੁਰਗ ਵਰਗ ਹੈ, ਜਿਨ੍ਹਾਂ ਨੇ ਹੋ ਸਕਦਾ ਕਈਆਂ ਨੇ ਡਾਇਰੈਕਟਲੀ ਇਹਦੇ 'ਚ ਫਰੀਡਮ ਸਟਰਗਲ 'ਚ ਪਾਰਟੀਸਪੇਟ ਵੀ ਕੀਤਾ ਹੋਵੇ, ਉਹਨਾਂ ਸਾਰਿਆਂ ਨੂੰ ਮੁੱਖ ਖੁੱਲ੍ਹਾ ਸੱਦਾ ਜੀ। ਪ੍ਰੋਗਰਾਮ ਜੋ ਫਿਲਮ ਫੈਸਟੀਵਲ ਡਾਇਰੈਕਟਰ ਆਫ ਫਿਲਮ ਫੈਸਟੀਵਲਸ ਨੇ ਔਰ ਗਵਰਨਮੈਂਟ ਆਫ ਇੰਡੀਆ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੀ ਕੋਲੈਬੋਰੇਸ਼ਨ ਕੇ ਸਾਥ ਹਮਾਰੇ ਸਕੂਲ ਮੇਂ ਸਟਾਰਟ ਹੁਆ ਹੈ। ਇਸਮੇਂ 5 ਫਿਲਮੇਂ ਦਿਖਾਈ ਜਾਏਗੀ 4 ਦਿਨ ਕੇ ਅੰਦਰ, ਜੋ ਸਿਰਫ ਦੇਸ਼ ਭਗਤੀ ਕੀ ਮੂਵੀ ਹੈ, ਪੈਟਰੋਟਿਕ ਮੂਵੀ ਹੈ, ਜੋ ਹਮਾਰੇ ਬੱਚੇ ਆਪਣਾ ਪੁਰਾਣਾ ਗਲੋਰੀਅਸ ਪਾਸ ਜਾਂ ਪ੍ਰਾਊਡ ਹਿਸਟਰੀ ਕੋ ਭੁੱਲ ਚੁੱਕੇ ਹੈ, ਔਰ ਅਗਰ ਕੋਈ ਮੂਵੀ ਟੀ ਵੀ ਪੇ ਆਤੀ ਹੈ ਪਰ ਉਹ ਇਹ ਫਿਲਮੇਂ ਨਹੀਂ ਦੇਖਦੇ, ਉਹ ਅੱਜ ਕੱਲ੍ਹ ਕੇ ਐਕਸ਼ਨ ਹੀਰੋਜ਼ ਕੀ ਮੂਵੀਜ਼ ਦੇਖਦੇ ਹੈ। ਔਰ ਇਹ ਗਵਰਨਮੈਂਟ ਆਫ ਇੰਡੀਆ ਕੀ ਤਰਫ ਸੇ ਬਹੁਤ ਅੱਛਾ ਸਟੈਪ ਹੈ, ਔਰ ਹਮਾਰੇ SSP ਸਰ ਔਰ SDM ਸਰ ਨੇ ਜੋ ਮਿਹਨਤ ਕਰੀ ਹੈ ਇਸ ਪ੍ਰੋਜੈਕਟ ਕੋ ਇਨੀਸ਼ੀਏਟ ਕਰਨੇ ਕੀ, ਯਹਾਂ ਪੇ ਸਟਾਰਟ ਕਰਨੇ ਕੀ, ਰੀਅਲੀ ਐਪਰੀਸ਼ੀਏਬਲ ਦੈਟ ਸਟੈਪ, ਕਿਉਂਕਿ ਹਮਾਰੇ ਬੱਚੋਂ ਕੋ ਯਹਾਂ ਬਿਠਾ ਕੇ ਇੱਕ ਐਸਾ ਐਂਬੀਅੰਸ ਕ੍ਰੀਏਟ ਕੀਆ ਗਿਆ ਜੈਸੇ ਵੋ ਥੀਏਟਰ ਕੇ ਅੰਦਰ ਮੂਵੀ ਦੇਖ ਰਹੇ ਹੈਂ। ਬਹੁਤ ਅੱਛਾ ਸਟੈਪ ਹੈ, ਬਹੁਤ ਅੱਛੀ ਹੈ, ਪੂਰਾ ਮਾਇੰਡ ਚੇਂਜ ਹੋ ਰਿਹਾ ਕਿ ਪਹਿਲੇ ਹਮੇ ਇਹ ਸਭ ਨਹੀਂ ਦੇਖਾ ਥਾ, ਪੂਰਾ ਪਤਾ ਚੱਲ ਰਿਹਾ ਕਿ ਕੈਸੇ ਕਿਆ ਹੋਇਆ ਥਾ, ਮਤਲਬ ਬਹੁਤ ਅੱਛਾ ਲੱਗ ਰਿਹਾ ਦੇਖ ਕਰ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।